ਭਾਰਤੀ ਬੈਡਮਿੰਟਨ ਖਿਡਾਰੀ ਐਚਐਸ ਪਰਨੋਏ ਨੇ ਆਸਟ੍ਰੇਲੀਆ ਓਪਨ ਟੂਰਨਾਮੈਂਟ ਦੇ ਪੁਰਸ਼ਾਂ ਦੇ ਸਿੰਗਲਸ ਵਰਗ ਦੇ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ ਅੱਜ ਖੇਡੇ ਗੇ ਸੈਮੀਫਾਈਨਲ ਵਿੱਚ ਪਰਨੋਏ ਨੇ ਹਮਵਤਨ ਪ੍ਰਿਆਨਸ਼ੂ ਰਾਜਾਵਤ ਨੂੰ 21-18 21-12 ਦੇ ਫਰਕ ਨਾਲ ਹਰਾਇਆ ਭਲਕੇ ਸਿਡਨੀ ਵਿੱਚ ਖੇਡੇ ਜਾਣ ਵਾਲੇ ਫਾਈਨਲ ਮੈਚ ਵਿੱਚ ਐਚਐਸ ਪਰਨੋਏ ਦਾ ਟੱਕਰਾ ਚੀਨ ਦੇ ਵੈਂਗ ਹੋਂਗ ਯਾਂਗ ਨਾਲ ਹੋਵੇਗਾ